ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਡੂਰ ਸਾਹਿਬ ਵਿਖੇ ਦੀਵਾਨ ਸਜੇ ਹੋਏ ਦੇ ਵਿੱਚ ਧੰਨ ਭਾਈ ਬਾਲਾ ਜੀ ਗੁਰੂ ਜੀ ਦੇ ਚੱਲ ਰਹੀ ਲੜੀਵਾਰ ਜਨਮ ਕਥਾ ਦੀ ਵਿਚਾਰ ਸਭ ਸਿੱਖ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਰੋਂ ਸਾਏ ਹੋਏ ਗੁਰੂ ਦੇ ਪਿਆਰੇ ਸਿੱਖ ਸੰਗਤ ਬੇਅੰਤ ਸੰਗਤਾਂ ਖਡੂਰ ਸਾਹਿਬ ਵਿਖੇ ਹਾਜ਼ਰ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਹੈ। ਦੀਵਾਨ ਦੇ ਅੰਦਰ ਧੰਨ ਬਾਬਾ ਬੁੱਢਾ ਜੀ ਨੂੰ ਸਤਿਕਾਰ ਸਹਿਤ ਬਿਰਾਜਮਾਨ ਕੀਤਾ ਹੋਇਆ ਹੈ। ਆਸਣ ਵਿਛਾ ਕੇ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਸਣ ਵਿਛਾ ਕੇ ਬਿਰਾਜਮਾਨ ਕੀਤਾ ਹੋਇਆ ਹੈ। ਧੰਨ ਬਾਬਾ ਬੁੱਢਾ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਭਾਈ ਬਾਲਾ ਜੀ, ਉਹ ਵੀ ਬਿਰਾਜਮਾਨ ਨੇ। ਸਿੱਖ ਸੰਗਤਾਂ ਨੂੰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਰਵਣ ਕਰਾਉਣ ਦੇ ਲਈ ਅਤੇ ਨਾਲ ਹੀ ਗੁਰੂ ਦੇ ਪਿਆਰੇ ਸਿੱਖ ਭਾਈ ਪੈੜਾ ਮੋਖਾ ਜੀ, ਭਾਈ ਤਿੰਗਾ ਜੀ, ਭਾਈ ਪਾਰੋ ਜੀ, ਭਾਈ ਜੀਵਾ ਜੀ, ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ, ਹਾਜ਼ਰ ਬੈਠੇ ਨੇ। ਭਾਈ ਪੈੜਾ ਮੋਖਾ ਜੀ, ਉਹ ਵੀ ਜਨਮ ਕਥਾ ਨੂੰ ਲਿਖਣ ਦੇ ਲਈ ਕਾਗਜ਼ ਕਲਮ ਦਵਾਤ ਲੈ ਕੇ ਸਾਰੀ ਸਮੱਗਰੀ ਲੈ ਕੇ ਹਾਜ਼ਰ ਬੈਠੇ ਹਨ। ਧੰਨ ਭਾਈ ਬਾਲਾ ਜੀ ਸਰਵਣ ਕਰਾ ਰਹੇ ਨੇ ਕਿ ਪਿਛਲੇ ਪ੍ਰਸੰਗ ਵਿੱਚ ਗੁਰੂ ਪਾਤਸ਼ਾਹ ਜੀ ਜਦੋਂ ਦੁਆਰੇ ਗਏ ਹਨ ਨਵਾਬ ਕੋਲ ਹਿਸਾਬ ਕਰਨ ਦੇ ਲਈ, ਉਹਦੇ ਵਿੱਚ ਵੀ ਸਤਿਗੁਰੂ ਜੀ ਦੇ 760 ਰੁਪਏ ਵਧੇ ਹਨ। ਅਤੇ ਗੁਰੂ ਪਾਤਸ਼ਾਹ ਜੀ ਜਦੋਂ ਦੇ ਸੱਚਖੰਡ ਤੋਂ ਵਾਪਸ ਆਏ ਹਨ, ਮੂਲ ਮੰਤਰ ਦਾ ਉਪਦੇਸ਼ ਸਭ ਸਿੱਖ ਸੰਗਤਾਂ ਨੂੰ ਦਿੱਤਾ ਹੈ। ਉਦੋਂ ਤੋਂ ਅਕਾਲ ਪੁਰਖ ਨਾਲ ਬਿਰਤੀ ਜੁੜੀ ਰਹਿੰਦੀ ਹੈ। ਬਾਹਰ ਜ਼ਿਆਦਾ ਮੜੀਆਂ ਵਸਾਣਾਂ ਵਿੱਚ ਹੀ ਜਾ ਕੇ ਨਿਵਾਸ ਕਰਦੇ ਨੇ, ਇਕਾਂਤ ਵਿੱਚ ਰਹਿੰਦੇ ਹਨ। ਇਹ ਹਾਲਤ ਨੂੰ ਦੇਖ ਕੇ ਇਹ ਮੁੱਲਾਂ ਨੂੰ ਬੁਲਾਇਆ ਗਿਆ ਹੈ ਅਤੇ ਮੁੱਲਾਂ ਨੇ ਵੀ ਬੇਅੰਤ ਯਤਨ ਕੀਤੇ, ਆਪਣੇ ਧਾਗੇ ਤਵੀਤ ਜੰਤਰ ਮੰਤਰ ਆਦਿਕ ਵਰਤ ਕੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੋਈ ਭੂਤ ਪ੍ਰੇਤ ਚੰਬੜ ਗਿਆ ਹੈ, ਉਸਨੂੰ ਮੈਂ ਠੀਕ ਕਰਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸਾ ਮੁੱਲਾਂ ਦਾ ਵੀ ਇਲਾਜ ਕੀਤਾ, ਉਹਨੂੰ ਸਮਝਾਉਣਾ ਕੀਤਾ ਕਿ ਭਾਈ ਤੂੰ ਸੰਸਾਰ ਦੀ ਗੱਲ ਕਰਦਾ ਹੈ, ਅਸੀਂ ਸੰਸਾਰ ਦੀ ਨਹੀਂ, ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ, ਉਸ ਨਿਰੰਕਾਰ ਦੀ ਗੱਲ ਕਰਦੇ ਹਾਂ। ਸੋ ਆਪ ਰੂਹਾਨੀਅਤ ਦੇ ਨਾਲ ਜੁੜੋ। ਅਤੇ ਮੁੱਲਾਂ ਮੰਨ ਗਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਜੀ ਮਹਾਨ ਹੋ, ਮੈਂ ਤੁੱਛ ਹਾਂ, ਜੋ ਆਪ ਜੀ ਕਹਿੰਦੇ ਹੋ ਸਭ ਸੱਤ ਹੈ। ਜੋ ਮੁੱਲਾਂ
ਗੁਰੂ ਜੀ ਨੂੰ ਮੱਥਾ ਟੇਕ ਕੇ ਉਪਦੇਸ਼ ਲੈ ਕੇ ਉਹ ਵੀ ਸਤਨਾਮ ਦਾ ਸਿਮਰਨ ਕਰਨ ਲੱਗ ਪਿਆ। ਅਤੇ ਜੋ ਪਿਛਲਾ ਪ੍ਰਸੰਗ 'ਚ ਕਹਿਣ ਲੱਗੇ ਧੰਨ ਭਾਈ ਬਾਲਾ ਜੀ ਕੇ ਸੱਚੇ ਪਾਤਸ਼ਾਹ ਜੀ, ਹੁਣ ਜੋ ਅਗਲਾ ਪ੍ਰਸੰਗ ਆ ਰਿਹਾ ਹੈ, ਕਿਉਂਕਿ ਨਵਾਬ ਦੌਲਤ ਖਾਂ ਗੁੱਸੇ ਵਿੱਚ ਆ ਗਿਆ, ਇੱਕ ਮੋਦੀ ਨੇ ਮੇਰਾ ਕਹਿਣਾ ਕਿਉਂ ਨਹੀਂ ਮੰਨਿਆ, ਪਹਿਲੀ ਵਾਰੀ ਕਹਿਣ ਦੇ ਕਿਉਂ ਨਹੀਂ ਮੇਰੇ ਕੋਲ ਆਇਆ, ਮੈਂ ਬੁਲਾਵਾ ਭੇਜਿਆ ਪਰ ਆਇਆ ਕਿਉਂ ਨਹੀਂ, ਇਸ ਗੱਲ ਦਾ ਗੁੱਸਾ ਕਰਕੇ ਬੈਠ ਗਿਆ। ਅਤੇ ਨਾਲ ਆਖਦਾ ਹੈ ਕਿ ਜੇ ਤੁਸੀਂ ਇੰਨੇ ਹੀ ਉਸ ਨਿਰੰਕਾਰ ਦੇ ਪਿਆਰੇ ਹੋ, ਚਲੋ ਮੇਰੇ ਨਾਲ ਚੱਲ ਕੇ ਮਸੀਤ ਵਿੱਚ ਨਮਾਜ਼ ਪੜ੍ਹੋ। ਸਤਿਗੁਰੂ ਜੀ ਕਹਿੰਦੇ ਭਾਈ ਚੰਗਾ, ਜਿਵੇਂ ਉਸ ਨਿਰੰਕਾਰ ਦੀ ਇੱਛਾ ਹੈ ਉਸੇ ਤਰ੍ਹਾਂ ਹੀ ਠੀਕ ਹੈ। ਸੋ ਬਾਲਾ ਜੀ ਇੱਥੋਂ ਕਥਾ ਆਰੰਭ ਕਰਨ ਲੱਗੇ, ਹੇ ਸਤਿਗੁਰੂ ਜੀ, ਜਦ ਗੁਰੂ ਜੀ ਦੇ ਨਵਾਬ ਨਾਲ ਮਸੀਤੇ ਚਲੇ ਗਏ ਅਤੇ ਬਾਹਰ ਖੜ੍ਹੇ ਹਿੰਦੂ ਲੋਕ ਕਹਿਣ ਕਿ ਪਰਮੇਸ਼ਰ ਪੱਤ ਰੱਖੇ, ਉੱਧਰ ਕਾਜੀ ਦੇ ਨਵਾਬ ਨੇ ਪਾਣੀ ਲੈ ਕੇ ਮੁਸਲਮਾਨੀ ਕਾਇਦੇ ਅਨੁਸਾਰ ਜਦ ਹੱਥ ਧੋ ਕੇ ਉਜੂ ਕਰਕੇ ਪੱਛਮ ਵਾਲੇ ਪਾਸੇ ਨੂੰ ਮੂੰਹ ਕਰ ਛੱਡਿਆ ਅਤੇ ਹੱਥਾਂ ਨਾਲ ਕੰਨਾਂ ਨੂੰ ਫੜ ਕੇ ਨਮਾਜ਼ ਪੜ੍ਹਨ ਲੱਗੇ, ਜਦ ਪੂਰੀ ਨਮਾਜ਼ ਕਰ ਲਿੱਤੀ ਤਾਂ ਗੁਰੂ ਜੀ ਨੂੰ ਵਾਪ ਕਹਿਣ ਲੱਗੇ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ। ਤਾਂ ਗੁਰੂ ਜੀ ਨੇ ਕਿਹਾ ਕਿ ਕਿਸ ਨਾਲ ਪੜ੍ਹਦੇ? ਨਵਾਬ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਪੜ੍ਹਦੇ। ਤਾਂ ਗੁਰੂ ਜੀ ਨੇ ਕਿਹਾ ਠੰਡੇ ਆਪ ਮਸੀਤ ਨਾ ਮਨ ਠਹਿਰਾਇਆ, ਸਿਜਦੇ ਸਮੇਂ ਸੰਕਲਪ ਕੰਧਾਰ ਪਠਾਇਆ, ਕਰਤ ਖਰੀਦ ਤੁਰੰਗ ਤਰਲ ਮਾਨ ਤਹਿਲਿਆ, ਹੇ ਕੂਰੋ ਵੀਰ ਮਸੀਤ ਨਵੇ ਕਬ ਸਰ ਲਿਆ। ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਆਪ ਤੇ ਮਸੀਤ ਵਿੱਚ ਸਾਓ ਪਰ ਮਨ ਤਾਂ ਤੁਹਾਡਾ ਕੰਧਾਰ ਵਿੱਚ ਘੋੜੇ ਖਰੀਦਦਾ ਫਿਰਦਾ ਸੀ। ਅਜੀ ਨੇ ਕਿਹਾ ਨਵਾਬ ਪਾਸ ਖੜ੍ਹੇ ਹੋ ਕੇ ਝੂਠ ਕਿਉਂ ਬੋਲਦੇ ਹੋ? ਨਵਾਬ ਨੇ ਕਿਹਾ ਨਹੀਂ ਸੱਚ ਹੈ, ਮੇਰਾ ਮਨ ਸੱਚੀ ਮੁੱਚੀ ਕੰਧਾਰ ਦੇ ਵਿੱਚ ਜਾ ਕੇ ਘੋੜੇ ਖਰੀਦ ਰਿਹਾ ਸੀ। ਤਾਂ ਕਾਜੀ ਨੇ ਕਿਹਾ ਚੰਗਾ ਮੇਰੇ ਨਾਲ ਪੜ੍ਹ ਲੈਂਦੇ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ, ਕਾਜੀ ਕਰੋ ਨਿਵਾਜ ਸਦਨ ਮੈਂ ਮੰਨ ਗਿਆ। ਬੜਾ ਛੱਜਿਓ ਵਛੈ ਰਾਗ ਗਰਤ ਤੈ ਪਾਸ ਹੈ, ਹੋਤੇ ਮੈਂ ਨਹਿ ਗਿਰ ਪੜੇ ਬਹੁਤ ਵਿਸ਼ਵਾਸ ਹੈ। ਭਾਵ ਗੁਰੂ ਜੀ ਕਹਿਣ ਲੱਗੇ ਕਾਜੀ ਜੀ
ਤੁਹਾਡਾ ਮਨ ਤਾਂ ਘਰ ਵਿੱਚ ਘੋੜੀ ਨੂੰ ਵਛੇਰੇ ਨੂੰ ਜੋ ਹੁਣੇ ਤਾਜ਼ੀ ਸੂਈ ਹੋਈ ਹੈ ਪਿੱਛੇ ਖਾਤੇ ਵਿੱਚੋਂ ਡਿੱਗਣੋਂ ਬਚਾਉਂਦਾ ਸੀ। ਔਰ ਨਮਾਜ਼ ਕਿਸ ਨਾਲ ਪੜ੍ਹਦੇ? ਕਾਜੀ ਨੇ ਕਿਹਾ, ਜੀ ਸੱਚ ਹੈ। ਕਾਜੀ ਔਰ ਨਵਾਬ ਦੋਨੇ ਚਰਨੀ ਢਹਿ ਪਏ। ਨਵਾਬ ਨੇ ਕਿਹਾ ਕਿ ਸਾਡੀ ਭੁੱਲ ਬਖਸ਼ੋ, ਅਸੀਂ ਤੁਹਾਡੀ ਮਹਿਮਾ ਨਹੀਂ ਜਾਣੀ ਸੀ, ਸਾਨੂੰ ਉਪਦੇਸ਼ ਦਿਓ ਤਾਂ ਕਿ ਅਸੀਂ ਵੀ ਸੰਸਾਰਿਕ ਪਾਪਾਂ ਤੋਂ ਛੁਟਕਾਰਾ ਪਾਈਏ। ਗੁਰੂ ਜੀ ਬੇਨਤੀ ਮੰਨ ਕੇ ਉਪਦੇਸ਼ ਦਿੱਤਾ ਕਿ ਹੇ ਖਾਨ ਜੀ, ਮਨ ਦਾ ਰੋਕਣਾ ਬੜਾ ਕਠਿਨ ਹੈ ਅਤੇ ਮਨ ਇਕਾਗਰ ਕੀਤੇ ਬਿਨਾਂ ਨਮਾਜ਼ਾਂ ਪੜ੍ਹਨੀਆਂ ਵੀ ਲਾਭਵੰਦ ਨਹੀਂ ਹਨ। ਮਨ ਪਾਰੇ ਦੀ ਨਿਆਈ ਹੈ, ਚੰਚਲ ਹੈ, ਵਸ ਵਿੱਚ ਨਹੀਂ ਆਉਂਦਾ। ਜਦੋਂ ਸੱਚਾ ਸਤਿਗੁਰ ਪਾਰੇ ਰੂਪੀ ਮਨ ਨੂੰ ਉਪਦੇਸ਼ ਰੂਪ ਰਸਾਇਣ ਨਾਲ ਮਾਰ ਦੇਵੇ ਤਦ ਕਾਬੂ ਆ ਕੇ ਅਨੰਤ ਫਲਦਾਤਾ ਹੁੰਦਾ ਹੈ। ਰਾਗ ਦਵੈ ਕਮਲ ਪਰ ਹਰਿਓ ਭਾਣਾ ਪ੍ਰਭ ਕੋ ਮਨ ਸਿਮਰ ਨਾਮ ਕਰ ਧਾਰ ਰੋ ਕਰੋ ਜਨਮ ਧਨ ਧਨ। ਗੁਰੂ ਜੀ ਨੇ ਪਿਆਰ ਨਾਲ ਸਮਝਾਉਣਾ ਕੀਤਾ ਕਿ ਨਵਾਬ ਜੀ, ਵੈਰ ਪਰਮੇਸ਼ਰ ਦਾ ਭਾਣਾ ਮਨ ਸਤਨਾਮ ਨਾਲ ਆਪਣਾ ਜਨਮ ਸਵਾਰੋ। ਇਹ ਨਵਾਬ ਸੁਣ ਕੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਮੂਲਾ ਪੁਕਾਰ ਕਰਦਾ ਹੈ ਕਿ ਰੁਪਏ ਮੈਨੂੰ ਦੇ ਦਿਓ, ਸੋ ਹੁਣ ਤੁਹਾਡੀ ਮਰਜ਼ੀ ਹੈ। ਨਵਾਬ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅੱਧੀ ਜੋ ਮਾਇਆ ਹੈ ਉਹ ਮੂਲੇ ਨੂੰ ਦੇ ਦਿਆਂ। ਗੁਰੂ ਜੀ ਨੇ ਅੱਗੇ ਕਿਹਾ ਕਿ ਤੁਹਾਡੀ ਮਰਜ਼ੀ ਹੈ। ਉੱਪਰੋਂ ਮਸੀਹ ਤੋਂ ਬਾਹਰ ਆ ਗਏ ਤਾਂ ਨਿੱਧੇ ਬ੍ਰਾਹਮਣ ਨੇ ਹੱਥ ਜੋੜ ਕੇ ਸਾਰਾ ਹਾਲ ਜੈਰਾਮ ਜੀ ਨੂੰ ਸੁਣਾਇਆ, ਜਿਸ ਨੂੰ ਸੁਣ ਕੇ ਜੈਰਾਮ ਜੀ ਐਸੇ ਪ੍ਰਸੰਨ ਹੋਏ। ਰੋਗੀ ਨੂੰ ਅੰਮ੍ਰਿਤ ਦਾ ਘੜਾ ਜਿਵੇਂ ਪ੍ਰਾਪਤ ਹੋ ਗਿਆ ਹੋਵੇ। ਬੇਬੇ ਨਾਨਕੀ ਜੀ ਨੇ ਪੁੱਛਿਆ, ਹੁਣ ਭਰਾਤਾ ਜੀ ਕਿੱਥੇ ਹਨ? ਤਾਂ ਨਿੱਧੇ ਬ੍ਰਾਹਮਣ ਨੇ ਕਿਹਾ ਕਿ ਮੈਂ ਤਾਂ ਉੱਥੇ ਹੀ ਛੱਡ ਆਇਆ ਸਾਂ, ਮੈਨੂੰ ਪਤਾ ਨਹੀਂ ਹੈ। ਅਜਿਹੇ ਗੱਲਾਂ ਕਰਦੇ ਹੀ ਸਨ ਕਿ ਤੁਲਸਾਂ ਦਾਸੀ ਨੇ ਆਵਾਜ਼ ਦਿੱਤੀ ਕਿ ਬੇਬੇ ਜੀ, ਗੁਰੂ ਜੀ ਆਏ ਹਨ। ਇਹ ਸੁਣ ਕੇ ਭੈਣ ਨਾਨਕੀ ਜੀ ਨੇ ਜੈਰਾਮ ਜੀ ਨੂੰ ਖੁਸ਼ੀ ਦਾ ਦੋਨਾਂ ਦੰਪਤੀ ਜੋੜੇ ਨੂੰ ਚੰਦ ਚੜ੍ਹ ਗਿਆ, ਖੁਸ਼ੀ ਹੋਈ ਅਤੇ ਪੁੱਛਣ ਲੱਗੇ ਕਿ ਮਸੀਤ ਦਾ ਹਾਲ ਸੁਣਾਓ, ਖੇਤੀ ਮਸੀਤ ਦਾ ਹਾਲ ਸੁਣਾਓ। ਗੁਰੂ ਜੀ ਨੇ ਕਿਹਾ, ਤੁਸੀਂ ਲੋਕਾਂ ਤੋਂ ਸੁਣ ਹੀ ਲਿਆ ਹੋਵੇਗਾ
ਭਾਈਆ ਜੈ ਰਾਮ ਜੀ ਨੇ ਕਿਹਾ, ਭਾਵੇਂ ਸੁਣ ਲਿੱਤਾ ਹੈ ਪ੍ਰੰਤੂ ਤੁਹਾਡੇ ਤੋਂ ਸੁਣੇ ਬਿਨਾਂ ਪੂਰਾ ਯਕੀਨ ਨਹੀਂ ਆਉਂਦਾ। ਤਾਂ ਗੁਰੂ ਜੀ ਨੇ ਕਿਹਾ, ਜੋ ਉੱਥੇ ਬੀਤਿਆ ਸੀ ਸਾਰਾ ਹਾਲ ਸੁਣਾ ਦਿੱਤਾ ਅਤੇ ਇਹ ਵੀ ਕਿਹਾ ਕਿ ਨਵਾਬ ਨੇ ਅੱਧਾ ਰੁਪਇਆ ਸ਼੍ਰੀ ਚੰਦ ਨੂੰ ਦੇਣਾ ਚਾਹਿਆ। ਇਹ ਭਾਈਆ ਜੀ, ਜੀਜਾ ਜੀ, ਇਸ ਪ੍ਰਕਾਰ ਦੀ ਗੱਲ ਹੋਈ। ਚਾਰੇ ਵਰਨ ਦੇ ਲੋਕ ਵੀ ਮੌਜੂਦ ਸਨ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝੋ ਜਾਂ ਮੰਦੀ ਸਮਝੋ, ਜੈਰਾਮ ਜੀ ਸੁਣ ਕੇ ਬਹੁਤ ਉਸਤਤ ਕਰਦੇ। ਤਾਂ ਬੇਬੇ ਨਾਨਕੀ ਜੀ ਨੇ ਕਿਹਾ ਕਿ ਹੁਣ ਪ੍ਰਤੀਤ ਆਇਆ ਗਈ ਜੇ ਚਿੰਤਾ ਕਰਦੇ ਸਾਹ ਨਹੀਂ ਲੈਂਦੇ ਸੀ, ਉੱਠੋ ਪ੍ਰਸ਼ਾਦ ਪਾਣੀ ਛਕੋ। ਜੈਰਾਮ ਜੀ ਬਹੁਤ ਵਾਰੀ ਕਹਿ ਕਹਿ ਕੇ ਗੁਰੂ ਜੀ ਨੂੰ ਵੀ ਨਾਲ ਉਠਾ ਕੇ ਬੜੇ ਅਨੇਕ ਆਨੰਦ ਨਾਲ ਅਨੇਕਾਂ ਤਰ੍ਹਾਂ ਦੇ ਭੋਜਨ ਛਕਣਾ ਕੀਤੇ। ਤਾਂ ਹੇ ਗੁਰੂ ਜੀ, ਭਾਈ ਬਾਲਾ ਜੀ ਕਹਿਣ ਲੱਗੇ ਕਿ ਗੁਰਾਂ ਨੇ ਨਾਲ ਮੈਨੂੰ ਵੀ ਲੈ ਲਿਆ। ਉਸ ਵੇਲੇ ਬੇਬੇ ਨਾਨਕੀ ਜੀ ਨੇ ਪ੍ਰਸ਼ਾਦ ਛਕਾਇਆ। ਉਸਦੀ ਮਹਿਮਾ ਕੀ ਕੀਤੀ ਜਾਵੇ, ਅੰਮ੍ਰਿਤ ਤੋਂ ਵੱਧ ਕੇ ਸਵਾਦੀ ਸੀ। ਉਪਰੰਤ ਪ੍ਰਸ਼ਾਦ ਛੱਕ ਕੇ, ਲੰਗਰ ਛੱਕ ਕੇ ਗੁਰੂ ਜੀ ਪਲੰਘ 'ਤੇ ਬਿਰਾਜਮਾਨ ਹੋ ਗਏ। ਦੋਹਰਾ ਪੜ੍ਹਤ ਸੁਣਤ ਇਤਿਹਾਸ ਇਹ, ਸ੍ਰੀ ਗੁਰੂ ਸ਼ਰਧਾ ਦੇਣ, ਅਗ ਉਗਨ ਮਨ ਹਰਨ ਕੋ, ਜਲ ਸਮ ਹੈ ਸੁਖ ਐਨ। ਗੁਰੂ ਜੀ ਨੇ ਸਮਝਾਇਆ, ਭਾਈ ਬਾਲਾ ਜੀ ਨੇ ਸਮਝਾਇਆ, ਤਾਂ ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਪ੍ਰਸੰਨ ਹੋਏ ਕਿ ਸਾਹ ਵਿੱਚ ਸਾਹ ਆਇਆ, ਕਿਉਂਕਿ ਡਰ ਸੀ ਕਿ ਮਸੀਤ ਵਿੱਚ ਜਾ ਕੇ ਜੋ ਬੜਾ ਗੁੱਸੇ ਨਾਲ ਨਵਾਬ ਦੌਲਤ ਖਾਂ ਲੈ ਗਿਆ ਸੀ ਗੁਰੂ ਜੀ ਨੂੰ ਨਮਾਜ਼ ਪੜ੍ਹਨ ਦੇ ਲਈ, ਪਰ ਗੁਰੂ ਜੀ ਨੇ ਇਹਨਾਂ ਦੀ ਤਸੱਲੀ ਕਰਵਾ ਦਿੱਤੀ ਅਤੇ ਨਾਮ ਦੇ ਨਾਲ ਜੋੜਿਆ। ਸਤਨਾਮ ਦਾ ਉਪਦੇਸ਼ ਦੇ ਕੇ ਗੁਰੂ ਪਾਤਸ਼ਾਹ ਜੀ ਆਏ। ਇਸ ਤਰ੍ਹਾਂ ਸਤਿਗੁਰੂ ਜੀ ਦਾ ਇਹ ਪਾਵਨ ਪ੍ਰਸੰਗ, ਭਾਈ ਬਾਲਾ ਜੀ ਨੇ ਗੁਰੂ ਸਾਹਿਬ ਜੀ ਨੂੰ ਅਤੇ ਸਿੱਖ ਸੰਗਤਾਂ ਨੂੰ ਸਰਵਣ ਕਰਾਇਆ ਅਤੇ ਨਾਲ ਭਾਈ ਬਾਲਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਇੱਥੇ ਹੀ ਮੈਂ ਖਿਮਾ ਮੰਗਦਾ ਹਾਂ। ਇਹ ਜੋ ਪ੍ਰਸੰਗ ਸਤਿਗੁਰੂ ਜੀ ਦਾ ਸਮਾਪਤ ਹੈ, ਅੱਗੇ ਜੋ ਪ੍ਰਸੰਗ ਆਉਣਾ ਹੈ, ਭਾਈ ਮੂਲੇ ਅਤੇ ਬੇਬੇ ਚੰਦੋ ਰਾਣੀ ਦਾ ਪ੍ਰਸੰਗ ਆਉਣਾ ਹੈ, ਉਹ ਕਿਵੇਂ ਆ ਕੇ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜੀ ਨੂੰ, ਭਾਈਆ ਜੈ ਰਾਮ ਜੀ ਨੂੰ ਕੀ ਉਲਾਂਭੇ ਦਿੰਦੇ ਨੇ ਕਿ ਆਪਣੀ ਪੁੱਤਰੀ ਸੁਲੱਖਣੀ ਜੀ ਤੋਂ ਕੀ ਹਾਲ ਚਾਲ ਪੁੱਛਦੇ ਨੇ ਅਤੇ ਮਾਤਾ ਸੁਲੱਖਣੀ ਜੀ ਕੀ ਕਹਿੰਦੇ ਨੇ। ਸਾਰਾ ਪ੍ਰਸੰਗ ਸਤਿਗੁਰੂ ਜੀ ਅੱਗੇ ਆ ਰਿਹਾ ਹੈ, ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ। ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਇੱਥੇ ਹੀ ਭੁੱਲਾਂ ਚੁੱਕਾਂ ਦੀ ਮਾਫ਼ੀ ਦਿਓ ਅਤੇ ਨਾਲ ਆਪਾਂ ਵੀ
ਉੱਲਾ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਪ੍ਰਸੰਗ ਜਨਮ ਕਥਾ ਸਰਵਣ ਕਰਦੇ ਰਹੀਏ, ਬਣੇ ਰਹੋ ਚੈਨਲ ਦੇ ਨਾਲ, ਤਾਂ ਕਿ ਸਾਰੀ ਜਨਮ ਕਥਾ ਲੜੀਵਾਰ ਜੋ ਆਰੰਭ ਹੈ ਉਸਨੂੰ ਸਰਵਣ ਕਰਦੇ ਰਹੀਏ, ਹਿਰਦੇ 'ਚ ਵਸਾਈਏ, ਤਾਂ ਕਿ ਸਾਡਾ ਲੋਕ ਸੁਖੀ ਹੈ, ਪਰਲੋਕ ਸਹੇਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।